ਰੱਬ ਵੀ ਉੱਥੇ ਹੀ ਮਾਰ-ਮਾਰਦਾ ਜਿੱਥੇ ਪਹਿਲਾਂ ਲੋਕ ਦੁਖੀ ਹੋਣ। ਇੰਨਾ ਕ ਤੇਜ਼ ਹਨੇਰੀ ਝੱਖੜ ਆਇਆ ਏ ਕਿ ਘਰਦਿਆਂ ਛੱਤਾਂ ਤੱਕ ਉੱਡ ਗਈਆਂ ਨੇ। ਕਿੰਨੀ ਦੂਰ ਤੱਕ ਕਈ ਕਿਲੇ ਦੂਰ ਤੱਕ ਜਿਹੜੀਆਂ ਉਹ ਤੁਸੀਂ ਸਾਹਮਣੇ ਨਜ਼ਰ ਮਾਰੋ। ਕਈ ਕਿਲੇ ਦੂਰ ਤੱਕ ਸਮਾਨ ਉੱਡ ਕੇ ਗਿਆ ਏ। ਇਸ ਜਗ੍ਹਾ ਤੇ ਹੋਰ 12 13 ਕੂੜੀ ਦੀਆਂ ਟਰਾਲੀਆਂ ਸੀ ਜਿਹੜੀਆਂ ਹਨੇਰੀ ਚੱਕਰ ਵਾਬ ਰੋਲੇ ਰਾਈ ਉਡਾ ਕੇ ਲੈ ਜਾਂਦਾ। ਘਰਦਿਆਂ ਕੰਧਾਂ ਜਿਹੜੀਆਂ ਨੇ ਉਹ ਵੀ ਢੜਮ ਢੜਮ ਕਰਕੇ ਉਸ ਹਨੇਰੀ ਚੱਕਰ ਦੇ ਵਿੱਚ ਡਿੱਗੀਆਂ ਨੇ ਨਹੀਂ ਪਤਾ ਹੀ ਨਾਦਾ ਹੀ ਸਾਨੂੰ ਤਾਂ ਆਪ ਅਸੀਂ ਤਾਂ ਅੰਦਰ ਬਾੜਾ ਡਾ ਕੇ ਬੈਠੇ ਸੀਗੇ ਵੀ ਪਤਾ ਹੀ ਨਹੀਂ ਕਿੰਨਾ ਕੁ ਝੱਕੜ ਸੀਗਾ ਵੀ ਇੰਨੀ ਹਵਾਵਾਂ ਆਉਂਦੀ ਸੀ ਤੇ ਆਵਾਜ਼ ਆਉਂਦੀ ਏ ਹਨੇਰੀ ਦੀ ਵੀ ਪਤਾ ਹੀ ਉਦੋਂ ਲੱਗਦਾ ਸੀ ਜਦੋਂ ਥਾਰ ਦੇ ਨੇ ਕੰਦ ਵੱਜਦੀ ਸੀ ਜਿਹੜੀ ਮੇਰਾ ਪ੍ਰਾਈਵੇਟ ਕੋ ਨੌਕਰੀ ਦਾ ਕਰਦਾ ਡਰਾਈਵਰੀ ਕਰਦਾ ਵੀ 5-7000 ਉਹ ਲੈ ਆਉਂਦਾ ਹਮ ਬਸ ਐਂ ਚੱਲਦਾ ਹੀ ਤੁਸੀਂ ਤਾਂ ਫਿਰ ਵੱਜ ਜਲੋ ਤੁਸੀਂ ਤਾਂ ਕੰਮ ਨਹੀਂ ਕਰ ਸਕਦੇ ਤਾਂ ਨਹੀਂ ਮੈਨੂੰ ਤਾਂ ਸਾਲ ਹੋ ਗਿਆ ਮੈਂ ਤਾਂ ਮੰਜੇ ਦੇ ਬੈਠਾ ਹਾਂ तो अच्छा तो बेटा छोटा पूरा होया ਉਹਦੇ ਕੈਂਸਰ ਸੀ ਉਹ ਤੇ ਬਹੁਤ ਪੈਸਾ ਲੱਗਾ ਸੀ ਕੈਂਸਰ ਨਾ ਪੂਰਾ ਹੋਇਆ ਹਾਂਜੀ ਹੁਣ ਪ੍ਰਭ ਨਹੀਂ ਸਾਥ ਦਿੰਦੇ ਕਿ ਉਹ ਵੀ ਛੱਡ ਜਾਂਦੇ ਆ ਅੱਛਾ ਹਮ ਅਸੀਂ ਕਿੰਨਾ ਕੁ ਚੇਰ 60 ਸਾਲ ਦੀ ਮੇਰੀ ਉਮਰ ਐ ਤੇ ਡੈਡੀ ਦੀ 70 ਸਾਲ ਦੀ ਆ ਉਹ ਫੇਰ ਵੀ ਥੱਕੇ ਕੰਦਾ ਫਿਰਦਾ ਹਮ ਮੈਂ ਪੱਜੀ ਪਰਦੀਆਂ ਨੂੰ ਲੈ ਕੇ ਬਾਣੀ ਚੋਂ ਕਿਸੇ ਪੈਸੇ ਤਰਪੂਗੇ ਬੱਚੇ ਆ ਘਰ ਵਾਲੀ ਆ ਹਮ ਅਣ ਚਾ ਇਹਨਾਂ ਦਾ ਪੂਰਾ ਲੁੱਥੀ ਜਾਊਗਾ ਇੰਨਾ ਕੁ ਤੇਜ਼ ਹਨੇਰੀ ਝੱਖੜ ਆਇਆ ਏ ਕਿ ਘਰ ਦੀਆਂ ਛੱਤਾਂ ਤੱਕ ਉਡਗੀਆਂ ਨੇ ਤੁਸੀਂ ਦੇਖ ਸਕਦੇ ਹੋ ਘਰ ਦੇ ਵਿੱਚ ਜਿਹਦੇ ਵੀ ਛੱਤ ਦੇ ਉੱਪਰ ਇਹਨਾਂ ਦੇ ਗੱਡਰ ਜਾਂ ਪਲੇਟਾਂ ਪਾਈਆਂ ਸੀ ਖੇਤਾਂ ਦੇ ਵਿੱਚ ਕਈ ਕਿੱਲੇ ਦੂਰ ਤੱਕ ਉੱਡ ਕੇ ਗਈਆਂ ਨੇ ਘਰ ਦੀ ਚਾਰਦੀਵਾਰੀ ਦੀ ਗੱਲ ਕਰੀਏ ਤਾਂ ਕੋਈ ਵੀ ਕੰਦ ਨਹੀਂ ਬਚੀ ਸਾਰੀਆਂ ਕੰਦਾਂ ਢਹਿ ਟੇਰੀ ਹੋ ਗਈਆਂ ਨੇ ਪਰਿਵਾਰ ਸਾਡੇ ਕੋਲੇ ਮੌਜੂਦ ਔਰ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣੇ ਆ ਇਸ ਪਾਸੇ ਨਜ਼ਰ ਮਾਰੀਏ ਤਾਂ ਇਸ ਪਾਸੇ ਜਿਹੜਾ ਗੇਟ ਆ ਕਰਦਾ ਕਰਦਾ ਗੇਟ ਇਸ ਪਾਸੇ ਲੱਗਾ ਸੀ ਤੁਸੀਂ ਨਜ਼ਰ ਮਾਰੋ ਕਿ ਗੇਟ ਕਿੱਥੇ ਜਾ ਕੇ ਖੇਤ ਦੇ ਵਿੱਚ ਡਿੱਗਿਆ ਕਿੰਨੀ ਦੂਰ ਜਾ ਕੇ ਇਹ ਗੇਟ ਉਸ ਹਨੇਰੀ ਦੇ ਵਾਬਰੋਲੇ ਦੇ ਚਪੇਟ ਝਾ ਕੇ ਡਿੱਗਿਆ ਸਾਰੀ ਦੀ ਸਾਰੀ ਚਾਰਦੁواری ਜਿਹੜੀ ਡਿੱਗੀ ਹੈਗੀ ਆ ਔਰ ਘਰ ਜਿਹੜਾ ਉਹ ਤਕਰੀਬਨ ਜਿਹੜੀ ਛੱਤ ਆ ਇਸ ਪਾਸੇ ਦੀ ਤੂੜੀ ਵਾਲੇ ਕਮਰੇ ਦੀ ਉਹ ਵੀ ਢਹ ਢੇਰੀ ਹੋ ਗਈ ਆ ਤਾਂ ਬਾਕੀ ਪਰਿਵਾਰ ਸਾਡੇ ਕੋਲੇ ਮੌਜੂਦ ਆ ਗੱਲਬਾਤ ਕਰ ਲੈਣੇ ਆ ਬਾਈ ਜੀ ਕੀ ਨਾਮ ਆ ਤੁਹਾਡਾ ਤੇ ਕਿਹੜਾ ਪਿੰਡ ਆ ਦਲਵਾਰ ਸਿੰਘ ਨਾਂ ਆਈ ਖਵਾਜਾ ਘੜਕ ਪਿੰਡ ਆਈ ਅੱਛਾ ਇਹ ਕਦੋਂ ਕਿਵੇਂ ਘਟਨਾ ਹੋਈ ਏ ਸਾਰੀ ਇਹ ਹੀ ਆਪਣੇ ਚੌਥੇ ਜਦੋਂ ਹਨੇਰੀ ਆਈ ਏ ਡੇਢ ਕਵਜੇ ਤੇ ਉਦੋਂ ਬਹੁਤ ਤੇਜ਼ ਹਵਾ ਚੱਲੀ ਆਈ ਪਹਿਲਾਂ ਆ ਘਰ ਡੈਗ ਪਈ ਫਿਰ ਉਹ ਡੈਗ ਪਈ ਤੇ ਜਿਹੜੀਆਂ ਚਾਦਰਾਂ ਸੀ ਭਰਿਆ ਸੀਗਾ ਇਹ ਤੂੜੀ ਦਾ ਸਾਰਾ ਬਰਾਂਡਾ ਚਾਦਰਾਂ ਡੈਪੀਆਂ ਉਹ ਉਹ ਕੰਦਾ ਸੀਗਾ ਉਹ ਡੈਗ ਪੀਆਂ ਚਾਦਰਾਂ ਤੂੜੀ ਸਾਰੀ ਉੱਡ ਕੇ ਬਾਹਰ ਚਲੀ ਗਈ ਏ ਕਿੰਨੀ ਕੀ ਤੂੜੀ ਪਈ ਸੀ ਅੰਦਰ ਤੂੜੀ ਭਰਿਆ ਸੀਗਾ ਇਹ ਅੱਛਾ ਤੇ ਬਸ ਹੁਣ ਦੋ ਘਟਾਲੀਆਂ ਰਹਿ ਗਈਆਂ ਕਿੰਨੀਆਂ ਸੀ ਟਰਾਲੀਆਂ ਟੋਟਲ 13 14 14 ਕ ਟਰਾਲੀਆਂ ਸੀਗੇ ਅੱਛਾ 13 14 ਟਰਾਲੀਆਂ ਤੇ ਦੋ ਤਿੰਨ ਰਹਿ ਗਈਆਂ ਹਾਂਜੀ ਦੋ ਤਿੰਨ ਰਹਿ ਗਈਆਂ ਬਾਕੀ ਹਨੇਰੀ ਨੋਟ ਬਾਕੀ ਸਾਰੀ ਅੱਛਾ ਤੁਸੀਂ ਜਦੋਂ ਹਨੇਰੀ ਆਈ ਉਦੋਂ ਦੇਖਿਆ ਤਾਂ ਹੋਊਗਾ ਵੀ ਇਹ ਵਾਵ ਰੋਲਾ ਸੀਗਾ ਕੀ ਚੀਜ਼ ਸੀ ਸਮਾਨ ਇੰਨੀ ਦੂਰ ਦੂਰ ਤੱਕ ਡਿੱਗਿਆ ਪਿਆ ਇੰਨਾ ਹੀ ਪਤਾ ਹੀ ਨਾ ਲੱਗਦਾ ਸੀ ਸਾਨੂੰ ਤਾਂ ਆਪ ਅਸੀਂ ਤਾਂ ਅੰਦਰ ਬਾਅਦਾ ਕੇ ਬੈਠੇ ਸੀਗੇ ਵੀ ਪਤਾ ਹੀ ਨਹੀਂ ਕਿੰਨਾ ਕ ਝੱਖੜ ਸੀਗਾ ਵੀ ਇੰਨੀ ਹਵਾ ਹਵਾ ਆਉਂਦੀ ਸੀ ਤੇ ਆਵਾਜ਼ ਆਉਂਦੀ ਸੀ ਹਨੇਰੀ ਦੀ ਵੀ ਪਤਾ ਹੀ ਉਦੋਂ ਲੱਗਦਾ ਸੀ ਜਦੋਂ ਥਾੜ ਦੇਣੇ ਕੰਦ ਵੱਜਦੀ ਸੀ ਹੂੰ ਚਾਰ ਦੁਵਾਰੀ ਸਾਰੇ ਡਿੱਗੀ ਆ ਹਾਂਜੀ ਸਾਰੀ ਡਿੱਗ ਪਈ ਐ ਇਹ ਮੇਰਾ ਸਾਲ ਹੋ ਗਿਆ ਜੀ ਐਕਸੀਡੈਂਟ ਹੋਇਆ ਸੀਗਾ ਤੇ ਚਾਰ ਆਪਰੇਸ਼ਨ ਹੋ ਗਿਆ ਜੀ ਹਜੇ ਤੱਕ ਸੈੱਟ ਨਹੀਂ ਹੋਈ ਗਈ। ਅੱਛਾ ਹਜੇ ਤੱਕ ਹੱਡੀ ਨਹੀਂ ਜੁੜ ਰਹੀ ਤੇ ਦਵਾਈ ਚੱਲੀ ਜਾਂਦੀ ਹੈ। ਦਵਾਈ ਵੀ ਹਫ਼ਤੇ ਦੀ ਮੇਰੀ 6-6000 ਦੀ ਹੁੰਦੀ ਹੈ। ਤੇ ਗਰੀਬ ਬੰਦੇ ਆ ਜੀ ਦਵਾਈ ਪਿਆ ਵੀ ਤੇ ਦਵਾਈ ਨਹੀਂ ਪੂਰੀ ਆਉਂਦੀ ਸੀ ਤੋ ਤਵਾ ਕੰਮ ਪੈ ਗਿਆ। ਹਮ ਹਜੇ ਮੈਂ ਮੰਜੇ ਤੇ ਬੈਠਾ ਹਜੇ ਮੈਂ ਤੁਰ ਨਹੀਂ ਸਕਦਾ। ਗੁਜ਼ਾਰਾ ਕਿਵੇਂ ਚੱਲਦਾ ਕਰਦਾ? ਗੁਜ਼ਾਰਾ ਵਸਾਈ ਆਈ ਦੁੱਧ-ਦੁੱਧ ਪਾਲੀਦਾ। ਹਮ ਕੋਸਵਸ ਵੀ ਡੈਡੀ ਮੇਰਾ ਪ੍ਰਾਈਵੇਟ ਕੋ ਨੌਕਰੀ ਦਾ ਕਰਦਾ ਡਰਾਈਵ ਵੀ ਕਰਦਾ ਕੋ 5-7000 ਹੋ ਲੈ ਜਾਂਦਾ। ਹਮ ਮਾ ਸਾਈ ਚੱਲਦਾ ਈ ਤੁਸੀਂ ਤਾਂ ਫਿਰ ਬੱਜ ਲਓ ਤੁਸੀਂ ਤਾਂ ਕੰਮ ਨਹੀਂ ਕਰ ਸਕਦੇ ਤਾਂ ਨਾ ਹੀ ਮੈਂ ਤਾਂ ਸਾਲ ਹੋ ਗਿਆ ਮੈਂ ਤਾਂ ਮੰਝੇ ਦੇ ਬੈਠਾ ਹਾਂ ਅੱਛਾ ਘਰ ਦੇ ਕੀ ਕਰਦੇ ਘਰ ਦੇ ਕੱਪੜੇ ਸੌਂਦੇ ਆਈ ਜਿਵੇਂ ਆਪਣੇ ਪਿਆਣੂ ਤੋਂ ਕੱਪੜੇ ਆ ਜਾਂਦੇ ਆ ਬੁੜੀਆਂ ਦੇ ਹੋਂ ਸੌ ਲੈਂਦੇ ਕੋਸ ਉਹ ਉਹਨਾਂ ਦਾ ਗੁਜ਼ਾਰਾ ਹੋ ਜਾਂਦਾ ਈ ਹਮ ਮਤਲਬ ਔਕਾ ਹੀ ਆ ਔਕਾ ਹੀ ਆ ਇਹ ਜ਼ਮੀਨ ਨੂੰ ਆਪਣੇ ਕੋਲ ਹੈ ਨਹੀਂ ਅੱਛਾ ਤੇ ਆ ਫਿਰ ਅੱਛਾ ਤੁਸੀਂ ਵੈਸੇ ਜ਼ਿਮੀਂਦਾਰ ਪਰਿਵਾਰ ਨਾਲ ਸੁਣ ਹਾਂਜੀ ਜ਼ਿਮੀਂਦਾਰ ਅੱਛਾ ਫਿਰ ਆ ਜਿਹੜਾ ਹੁਣ ਆ ਟੈ ਟੇਰੀ ਸਾਰਾ ਹੋ ਗਿਆ ਖਰਚਾ ਤੇ ਇਹਦੇ ਤੇ ਵੀ ਬਈ ਆਊਗਾ ਹਾਂਜੀ ਖਰਚਾ ਤਾਂ ਆਉਣਾ ਹੀ ਈ ਖਰਚਾ ਤਾਂ ਹੁਣ ਐ ਆਪਣੇ ਵੇਖ ਲੋ ਹੁਣ ਕਿੰਨੀਆਂ ਚੋਰੀਆਂ ਚਾਰੀਆਂ ਹੁੰਦੀਆਂ ਹੂੰ ਉਹ ਜਿਹੜਾ ਕੋ ਮਾੜਾ ਮੋਟਾ ਹੈਗਾ ਇੱਕ ਅੰਦ ਕੰਦਾਂ ਦਾ ਕੱਢਣੀਆਂ ਹੀ ਪੈਣਗੀਆਂ ਪੈਸਾ ਕੋਲੇ ਕੋਈ ਹੈ ਨਹੀਂਗਾ ਹੂੰ ਤੇ ਖਰਚਾ ਤਾਂ ਆਉਣਾ ਹੀ ਆਉਣਾ ਹੀ ਫਿਰ ਗੁਜ਼ਾਰਾ ਫਿਰ ਇਹ ਮਾੜਾ ਮੋਟਾ ਕੰਮ ਕਰ ਕਰਕੇ ਕਰਦੇ ਹੋ ਹਾਂਜੀ ਮਾੜਾ ਮੋਟਾ ਬਸ ਕੰਮ ਘਾਰੀ ਹੈ ਹੂੰ ਕੀ ਅਪੀਲ ਹੈਗੀ ਆ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਅਪੀਲ ਇਹ ਹੀ ਆਈ ਵੀ ਜਿਵੇਂ ਹੁਣ ਸਾਡਾ ਇੱਥੇ ਵੀ ਕੋਈ 1.5 ਦੋ ਲੱਖ ਰੁਪਿਆ ਖਰਚਾ ਆ ਜਾਣਾ ਹੈ ਵੀ ਸਾਡੀ ਮਦਦ ਕੀਤੀ ਜਾਵੇ ਵੀ ਮੈਂ ਤਾਂ ਹੁਣ ਮੰਝੇ ਦੇ ਬੈਠਾ ਹਾਂ ਨਾ ਤਾਂ ਮੇਰੇ ਪਿਓ ਤੋਂ ਇੰਨਾ ਕੁਸ ਹੁੰਦਾ ਈ ਨਾ ਸਾਡੇ ਕੋਲ ਵੀ ਜ਼ਮੀਨ ਜਾਇਦਾਦ ਆਈ ਵੀ ਜਿਹੜੀ ਜਿਸੀਂ ਕੋ ਠੇਕੇ ਦੇ ਦੇ ਕੇ ਜਾਂ ਕੁਝ ਵੀ ਜਵਟ ਕੇ ਤੇ ਅਸੀਂ ਲਾ ਲਾਂਗੇ ਤੁਹਾਡਾ ਆਪਣਾ ਨਾਮ ਤੇ ਆਪਣਾ ਨੰਬਰ ਬੋਲ ਦਿਓ ਨਾਮ ਪਿੰਡ ਤੇ ਨੰਬਰ ਮੇਰਾ ਦਲਬਾਗ ਸਿੰਘ ਨਾਂ ਆਈ ਪਿੰਡ ਖਵਾਜਾ ਖੜਕ ਜ਼ਿਲ੍ਹਾ ਫਰੋਹੇਪੁਰ ਮੋਬਾਈਲ ਨੰਬਰ ਮੇਰਾ 97812 61906 ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਵੀਰ ਜਿਮੀਦਾਰ ਪਰਿਵਾਰ ਨਾਲ ਸੰਬੰਧ ਰੱਖਦਾ ਔਰ ਜ਼ਮੀਨ ਦੱਥਾ ਹੈਣੀ ਔਰ ਮਾੜੀ ਮੋਟੀ ਮਿਹਨਤ ਮਜ਼ਦੂਰੀ ਕਰਕੇ ਜਿਹੜਾ ਵੀ ਕੋਈ ਘਰ ਬਣਾਇਆ ਉਹ ਹਨੇਰੀ ਝੱਖੜ ਨੇ ਬਿਲਕੁਲ ਖਤਮ ਕਰਤਾ ਕਿਉਂਕਿ ਪਸ਼ੂਆਂ ਤੋਂ ਹੀ ਕਹਿੰਦੇ ਆ ਦੁੱਧ ਵਗੈਰਾ ਪਾ ਕੇ ਡੇਰੀ ਤੇ ਮਾੜਾ ਮੋਟਾ ਉਹਦੇ ਨਾਲ ਗੁਜ਼ਾਰਾ ਕਰਦੇ ਔਰ ਉਹੀ ਜਿਹੜੀ ਤੂੜੀ 13 14 ਟਰਾਲੀਆਂ ਲੈ ਕੇ ਰੱਖੀਆਂ ਸੀ ਉਹੀ ਤੂੜੀ ਹਨੇਰੀ ਦੇ ਨਾਲ ਜਿਹੜੀ ਆ ਉੱਡ ਕੇ ਚਲੀ ਗਈ ਆ ਔਰ ਇਹ ਵੀਰ ਮਦਦ ਹੀ ਗੋਹਾਰ ਲਾ ਰਿਹਾ ਕਿ ਮਦਦ ਅਗਰ ਕੋਈ ਬੰਦਾ ਕਰ ਸਕਦਾ ਤਾਂ ਜ਼ਰੂਰ ਅਸੀਂ ਵੀ ਕਹਿਣਾ ਚਾਹੁੰਦੇ ਆ ਕੋਈ ਸਮਾਜ ਸੇਵੀ ਸੰਸਥਾ ਨੂੰ ਜਾਂ ਕਿਸੇ ਵੀਰ ਨੂੰ ਕਿ ਅਗਰ ਇਹਨਾਂ ਦੀ ਮਦਦ ਕੀਤੀ ਜਾਵੇ ਤਾਂ ਬੜੀ ਚੰਗੀ ਗੱਲ ਆ ਕਿਉਂਕਿ ਜਿਹੜਾ ਖਰਚਾ ਬਹੁਤ ਜ਼ਿਆਦਾ ਇਹਨਾਂ ਦੇ ਘਰ ਤੇ ਹੋਣਾ ਕਿਉਂਕਿ ਜਿਹੜੀਆਂ ਵੀ ਚਾਰਦਿਵਾਰੀ ਕੰਦਾ ਕੋਈ 2.5 ਲੱਖ ਰੁਪਈਆ ਤਾਂ ਨਾਰਮਲ ਜੀ ਗੱਲ ਅੱਜ ਦੇ ਟਾਈਮ 'ਚ ਲੱਗਦਾ ਔਰ ਦੂਜੀ ਗੱਲ ਇੱਕ ਸਾਲ ਤੋਂ ਜਿਹੜਾ ਮੰਝੇ ਤੇ ਬੈਠਿਆ ਤਿੰਨ ਚਾਰ ਆਪਰੇਸ਼ਨ ਦਸਰੇ ਆ ਲੱਤ ਦੇ ਹੋ ਚੁੱਕੇ ਆ ਔਰ ਹਾਲਤ ਘਰ ਦੀ ਬਿਲਕੁਲ ਮੰਦੀ ਆ ਘਰ ਦੀ ਵੀ ਮਾੜੇ ਮੋٹے ਕੱਪੜੇ ਸੀਗੇ ਗੁਜ਼ਾਰਾ ਕਰਦੇ ਆ ਇਹਨਾਂ ਦਾ ਪਿਓ ਵੀ ਜਿਹੜਾ ਮਾੜਾ ਮੋਟਾ ਗੁਜ਼ਾਰਾ ਕਰਦੇ ਆ ਦਿਹਾੜੀ ਦਾਪਾ ਕਰਕੇ ਔਰ ਬੱਚੇ ਬੱਚੇ ਸਕੂਲ ਬੱਚੇ ਪੜ੍ਹਦੇ ਆ ਹਾਂਜੀ ਇੱਕ ਬੇਟਾ ਇਹ ਪੜ੍ਹਦਾ ਹੈ ਹਮ ਇਹਨਾਂ ਦੇ ਫਿਰ ਫੀਸ ਫੂਸ ਫੀਸ ਫੂਸ ਆਈਆਂ ਹੀ ਬਦੌਦ ਤੋਂ ਪੈਸੇ ਲੈ ਕੇ ਜੋ ਗਯੋਦ ਚ ਵੱਜ ਜਾਂਦੇ ਆ ਜਾਂ ਜਿਵੇਂ ਘਰ ਅਲੀਡੇ ਸੌਂਦੀ ਆ ਬਸ ਉਹਨਾਂ ਜਾਈ ਫੀਸ ਫੂਸ ਧਾਰੀ ਦੀ ਹੈ ਹਮ ਅੱਛਾ ਪਿੰਡ 'ਚ ਹੋਰ ਵੀ ਨੁਕਸਾਨ ਹੋਇਆ ਜਾਂ ਕੱਡਲਾ ਤੁਹਾਡਾ ਹੋਇਆ ਪਿੰਡ ਚ ਇੱਕ ਦੋ ਘਰਾਂ ਦਾ ਹੋਰ ਵੀ ਹੋਇਆ ਜਿਆਦਾ ਤੁਹਾਡਾ ਜਿਆਦਾ ਸਾਡੇ ਹੋਇਆ ਸੀ ਉਹਨਾਂ ਦੇ ਵੀ ਮੜਾ ਮੋਟਾ ਹੀ ਹੋਇਆ ਹੈ ਬਾਲਾ ਆਪਣੀ ਹੋਇਆ ਪਿੰਡ ਜੀ ਯਾਨੀ ਕਿ ਰੱਬ ਨੇ ਅਮੀਰਾਂ ਨੂੰ ਸਾਰਿਆਂ ਨੂੰ ਛੱਡਤਾ ਤੇ ਤੁਹਾਡੇ ਜਾ ਕੇ ਫਿਰ ਮਾਰ ਮਾਰਤੀ ਹੈ ਹੂੰ ਚਲੋ ਕੋਈ ਨਹੀਂ ਬਾਈ ਹੋਊਗਾ ਹੱਲ ਹੋ ਜੂਗਾ ਕੋਈ ਨਹੀਂ ਲੋਕ ਦੇਖਦੇ ਆ ਲੋਕ ਮਦਦ ਕਰਨਗੇ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਬਾਈ ਕੋਈ ਗੱਲ ਨਹੀਂ ਤਾਂ ਤੁਸੀਂ ਦੇਖ ਸਕਦੇ ਹੋ ਦੋਸਤੋ ਕਿ ਹਾਲਤ ਕਿਉਂਕਿ ਜਿਹਦੇ ਤਨ ਲੱਗੀ ਹੁੰਦੀ ਹੈ ਉਹ ਹੀ ਜਾਣਦਾ ਹੈ ਬਾਈ ਇੱਕ ਸਾਲ ਤੋਂ ਤਾਂ ਪਹਿਲਾਂ ਮੰਜੇ ਤੇ ਪਰ ਬਾਈ ਨੂੰ ਵੇਖ ਕੇ ਲੱਗਦਾ ਨਹੀਂ ਕਿ ਬਾਈ ਨੇ ਮਤਲਬ ਕਦੇ ਕੰਮ ਨਾ ਕੀਤਾ ਉਹ ਮੈਂ ਕਹਿੰਦਾ ਬਾਈ ਨੇ ਵਾਕਿਆ ਹੀ ਜ਼ਿੰਦਗੀ 'ਚ ਬਹੁਤ ਕੰਮ ਕੀਤਾ ਹੋਊਗਾ ਬਾਈ ਦੀਆਂ ਗੱਲਾਂ ਤੋਂ ਵੀ ਆਫ ਕੈਮਰਾ ਵੀ ਜਦੋਂ ਗੱਲ ਕਰ ਰਹੇ ਸੀ ਪਰ ਜਦੋਂ ਕਹਿੰਦੇ ਆ ਕਿਸਮਤ ਮਾਰਦੀ ਆ ਜਾਂ ਬਾਈ ਨੂੰ ਜਿਵੇਂ ਲਤ ਦੀ ਪ੍ਰੋਬਲਮ ਆਈ ਆ ਐਕਸੀਡੈਂਟ ਤੋਂ ਬਾਅਦ ਔਰ ਹਾਲਾਤ ਐਵੇਂ ਦੇ ਬਣ ਗਏ ਕਿ ਭਾਈ ਹੋ ਸਕਦਾ ਕੰਮ ਤਾਂ ਕਰਨਾ ਚਾਹੁੰਦਾ ਹੋਵੇ ਪਰ ਨਹੀਂ ਕਰ ਸਕਦਾ ਭਾਈ ਦਿਲ ਤਾਂ ਕਰਦਾ ਕੰਮ ਨੂੰ ਕਰਦਾ ਇਹ ਦਿਲ ਤਾਂ ਕਰਦਾ ਹੀ ਹੈ ਹਾਂ ਹੁਣ ਸਾਲ ਹੋ ਗਿਆ ਜਿ ਮੰਜੇ ਤੇ ਬੈਠਾ ਕੀ ਕਰਾਂ ਹਾਂ ਪਹਿਲਾਂ ਵੀ ਕੰਮ ਕਰਦੇ ਸੀ ਤੁਸੀਂ ਹਾਂਜੀ ਕਰਦਾ ਸੀ ਕੀ ਕਰਦੇ ਸੀ ਪਹਿਲਾਂ ਕੰਮ ਮੈਂ ਆ ਦੂਜਾ ਪਹਿਲਾਂ ਮੁੱਦ ਕੀ ਦੁਕਾਨ ਤੇ ਲੱਗਾ ਰਹੀ ਹਾਂ ਉਦੋਂ ਬਾਅਦ ਫਿਰ ਆ ਜਿਵੇਂ ਪਸ਼ੂ ਦਾ ਹਸਪਤਾਲ ਪ੍ਰਾਈਵੇਟ ਆਈ ਜਿਵੇਂ ਅੱਛਾ ਇਹਨਾਂ ਦੇ ਨਾਲ ਹੈਲਪਰ ਦੇ ਤੌਰ ਤੇ ਜਾਂਦਾ ਹਾਂ ਹਾਂ ਹੁਣ ਲੱਤ ਪ੍ਰੋਬਲਮ ਬਣ ਗਈ ਹੈ ਨਾ ਹਾਂਜੀ ਹੁਣ ਸਾਲ ਹੋ ਗਿਆ ਜੀ ਹੁਣ ਵੀ ਨਹੀਂ ਕੋਈ ਕੋਈ ਵੀ ਕੰਮ ਹੁੰਦਾ ਸਾਲ ਹੋ ਗਿਆ ਜੀ ਮੰਜੇ ਤੇ ਬੈਠਾ ਇਹਦਾ ਕੋਈ ਹੱਲ ਹੋਇਆ ਲੱਤ ਦਾ ਕਿ ਤੋ ਕਿ ਨਹੀਂ ਇਹਦਾ ਹੀ 3-4 ਪ੍ਰੇਸ਼ਣ ਹੋ ਗਏ ਹਜੇ ਤੱਕ ਕੋਈ ਹੱਲ ਨਹੀਂ ਹੋਇਆ ਜੀ ਹੱਡੀ ਨਹੀਂ ਜੁੜ ਰਹੀ ਹੁਣ ਅੰਮ੍ਰਿਤਸਰੋਂ ਆਂਦੇ ਸੀ ਉੱਥੇ ਦਿਖਾਉ ਹੁਣ ਇੰਨੀ ਪਹੁੰਚ ਨਹੀਂ ਦਿਖਾਉਣ ਦੀ ਹਾਂ ਚਲ ਕੋਈ ਨਹੀਂ ਬਾਈ ਲੋਕ ਜ਼ਰੂਰ ਮਦਦ ਕਰਨਗੇ ਜਿਹੜੇ ਲੋਕ ਦੇਖ ਰਿਹਾ ਤਾਂ ਬਾਈ ਮੈਂ ਅਪੀਲ ਕਰਦਾ ਉਹਨਾਂ ਵੀਰਾਂ ਨੂੰ ਜਿਹੜੇ ਵੀਰ ਇਸ ਵੀਡੀਓ ਨੂੰ ਦੇਖ ਰਿਹਾ ਤਾਂ ਖਵਾਜਾ ਖੜਕ ਪਿੰਡ ਆ ਫਿਰੋਜ਼ਪੁਰ ਜ਼ਿਲ੍ਹੇ ਦਾ ਤਾ ਦਿਲਬਾਗ ਬਾਈ ਦਾ ਨਾਮ ਆ ਬਾਈ ਨੇ ਨੰਬਰ ਵੀ ਦੱਸਿਆ ਸਕਰੀਨ ਤੇ ਨੰਬਰ ਵੀ ਦੇ ਦਿੰਨੇ ਆ ਔਰ ਜਿਹੜਾ ਵੀ ਕੋਈ ਵੀਰ ਬਾਈ ਦੀ ਮਦਦ ਕਰ ਸਕਦਾ ਬਾਈ ਜਰੂਰ ਮਦਦ ਕਰਿਓ ਕਿਉਂਕਿ ਇਹ ਜ਼ਰੂਰਤ ਆ ਜ਼ਰੂਰਤਮੰਦ ਦੀ ਅਗਰ ਮਦਦ ਕੀਤੀ ਜਾਵੇ ਤਾਂ ਕਹਿੰਦੇ ਆ ਬੜਾ ਚੰਗੀ ਗੱਲ ਆ ਪਰ ਇਹ ਬਾਈ ਦੀ ਮਦਦ ਕਰਨੀ ਬਹੁਤ ਜ਼ਰੂਰੀ ਆ ਕਿਉਂਕਿ ਬੜੀ ਮਿਹਨਤ ਨਾਲ ਮਾੜਾ ਮੋਟਾ ਜਿਹੜਾ ਘਰ ਦਾ ਗੁਜ਼ਾਰਾ ਕਰਦਾ ਸੀ ਪਰਿਵਾਰ ਔਰ ਉਹ ਇਸ ਟਾਈਮ ਬਿਲਕੁਲ ਮੈਂ ਕਹਿੰਦਾ ਵੀ ਜ਼ੀਰੋ ਆ ਕੋਈ ਵੀ ਇਹਨਾਂ ਦੇ ਕੋਲੇ ਜਿਵੇਂ ਇਹਨਾਂ ਨੇ ਆਫ ਕੈਮਰਾ ਵੀ ਦੱਸਿਆ ਕੋਈ ਇਹਨਾਂ ਕੋਲੇ ਪੈਸਾ ਨਹੀਂ ਬਚਿਆ ਕੁਛ ਐ ਨਹੀਂ ਵੀ ਜਿਹੜਾ ਇਹਨਾਂ ਘਰਦਿਆਂ ਚਾਰ ਦੁਵਾਰੀ ਨੂੰ ਹਿਲਾ ਸਕਣ ਖੇਤ ਦੇ ਵਿੱਚ ਸਾਈਡ ਤੇ ਬੈਠੇ ਆ ਔਰ ਤੁਸੀਂ ਇੱਕ ਚੀਜ਼ ਦੇਖੋ ਕਿ ਪੂਰਾ ਪਿੰਡ ਦੇ ਵਿੱਚ ਸਾਰੇ ਘਰਾਂ ਨੂੰ ਛੱਡ ਕੇ ਰੱਬ ਨੇ ਮਾਰ ਵੀ ਇਸ ਘਰ ਤੇ ਮਾਰੀ ਆ ਜਿਹੜਾ ਬਿਲਕੁਲ ਪਹਿਲਾਂ ਵੀ ਮਰਿਆ ਪਿਆ ਪਰਿਵਾਰ ਮੈਂ ਇਹ ਗੱਲ ਕਹਿ ਸਕਦਾ ਬਾਕੀ ਮਾਤਾ ਵੀ ਸਾਡੇ ਕੋਲੇ ਮੌਜੂਦ ਆ ਗੱਲ ਕਰ ਲੈਣੇ ਆ ਮਾਤਾ ਕਿ ਕਿੰਨਾ ਔਖਾ ਕਰਦਾ ਬਹੁਤ ਔਖਾ ਹੈ ਰਾਜੀ ਇੱਕੋ ਤੋਂ ਬੇਟਾ ਛੋਟਾ ਪੂਰਾ ਹੋਇਆ ਉਹਦੇ ਕੈਂਸਰ ਸੀ ਉਹ ਤੇ ਬਹੁਤ ਪੈਸਾ ਲੱਗਾ ਸੀ ਕੈਂਸਰ ਨਾਲ ਪੂਰਾ ਹੋਇਆ ਹਾਂਜੀ ਕੌਣ ਫਿਰ ਗੁਜ਼ਾਰਾ ਗੁਜ਼ਾਰਾ ਬਸ ਆਏ ਤੁਹਾਨੂੰ ਦੱਸ ਵੀ ਦਿੱਤਾ ਬੇਟੇ ਨੇ ਬਹੁਤ ਔਖਾ ਹੁੰਦਾ ਹਾਂ ਮਾਂ ਐ ਪੱਜੀ ਫਰਦੀਆਂ ਨੂੰ ਲੈ ਕੇ ਪਾਣੀ ਚੋਂ ਕਿਸੇ ਪੈਸੇ ਤਰਪੂਗੇ ਬੱਚੇ ਆ ਘਰ ਆ ਲਈ ਆ ਹਾਂ ਅਣ ਚ ਇਹਨਾਂ ਦਾ ਪੂਰਾ ਲੁੱਟ ਹੋ ਜਾਊਗਾ ਹਾਂ ਅਸੀਂ ਕਿੰਨਾ ਕੁ ਚੇਰ 60 ਸਾਲ ਦੀ ਮੇਰੀ ਉਮਰ ਐ ਤੇ ਡੈਡੀ ਦੀ 70 ਸਾਲ ਦੀ ਆ ਉਹ ਫਿਰ ਵੀ ਥੱਕ ਕੇ ਖਾਂਦਾ ਫਿਰਦਾ ਹਾਂ ਕੋਈ ਮਦਦ ਮਤਲਬ ਪਿੰਡ ਚੋਂ ਜਾ ਕੇ ਕੋਈ ਕਰਦਾ ਕੋਈ ਜਿੰਨੇ ਜੋਗੇ ਹੈਗੇ ਕੋਈ ਕਰੇ ਮਦਦ ਸਾਡੀ ਮੇਰੇ ਬੱਚੇ ਤੇ ਵੀ ਕਰੇ ਛਲ ਨੰਬਰ ਸਰ ਨੂੰ ਇਲਾਜ ਕਰਾਣਾ ਮੈਂ ਤਾਂ ਹਾਂ ਪਹਿਨ ਭਰਾਵਨੀ ਸਾਸ ਦਿੰਦੇ ਗਏ ਉਹ ਵੀ ਛੱਡ ਜਾਂਦੇ ਆ ਅੱਛਾ ਕਿਸੇ ਨੇ ਇਨਕਾਰ ਦਿੱਤਾ ਹੈ ਜਿਹੜੇ ਲੋਕ ਵੇਖ ਰਿਹਾ ਤੁਹਾਨੂੰ ਇਸ ਟਾਈਮ ਟੀਵੀ ਤੇ ਕੀ ਉਹਨਾਂ ਨੂੰ ਕਹਿਣਾ ਚਾਹੋਗੇ ਕੀ ਅਪੀਲ ਕਰੋ ਅਸੀਂ ਇਹ ਕਿੰਨੇ ਵੀ ਸਾਨੂੰ ਮਦਦ ਦਿੱਤੀ ਜਾਵੇ ਚਲ ਸਾਡੇ ਕੰਦਾ ਕੋਲੇ ਬਣ ਜਾਣ ਤੂੜੀ ਵਾਲਾ ਬਣ ਜਾਵੇ ਹਮ ਚਲ ਬੱਚੇ ਨੂੰ ਕਿ ਮਦਦ ਤਾਂ ਆ ਜੂਗੀ ਚਲ ਇਹ ਤਾਂ ਮੈਂ ਇਲਾਜ ਕਰਾ ਲੂੰਗੀ ਜੇ ਤਰਨ ਲੱਗ ਜਾ ਉਹਦਾ ਚਲ ਮਾੜਾ ਮੋੜ ਕਰਕੇ ਖਾਣ ਲੱਗ ਜਾਣਗੇ ਦੋਨੇ ਜੀ ਬੱਚੇ ਨੂੰ ਬਾੜ ਲੈਣਗੇ ਹਮ ਅਸੀਂ ਇਹ ਭਾਰਾ ਸਾਡੇ ਬਿਲਕੁਲ ਤਾਂ ਤੁਸੀਂ ਦੇਖ ਸਕਦੇ ਹੋ ਪਰਿਵਾਰ ਬਹੁਤ ਜ਼ਿਆਦਾ ਦੁਖੀ ਆ ਇਹ ਪਰਿਵਾਰ ਇੱਕੋ ਗੁਹਾਰ ਲਾ ਰਿਆ ਕਿ ਸਾਡੀ ਮਦਦ ਕੀਤੀ ਜਾਵੇ ਕਿਉਂਕਿ ਕਹਾਣੀ ਇੱਥੋਂ ਸ਼ੁਰੂ ਹੁੰਦੀ ਹੈ ਜਦੋਂ ਬਾਈ ਦਾ ਐਕਸੀਡੈਂਟ ਹੁੰਦਾ ਔਰ ਐਕਸੀਡੈਂਟ ਤੋਂ ਬਾਅਦ ਬਾਈ ਦੀ ਲੱਤ ਦੇ ਤਿੰਨ ਚਾਰ ਆਪਰੇਸ਼ਨ ਹੁੰਦੇ ਆ ਪਰ ਹੱਡੀ ਕਹਿੰਦਾ ਨਹੀਂ ਜੁੜਦੀ ਔਰ ਨਾ ਜ਼ਿਆਦਾ ਪੈਸਾ ਹੋਣ ਕਰਕੇ ਚੰਗੇ ਡਾਕਟਰਾਂ ਕੋਲੇ ਵੀ ਨਹੀਂ ਜਾ ਪਾਇਆ ਔਰ ਉਸ ਤੋਂ ਬਾਅਦ ਰੱਬ ਵੀ ਆ ਉੱਥੇ ਮਾਰ ਮਾਰਦਾ ਜਿੱਥੇ ਪਹਿਲਾਂ ਮਾਰ ਵਜੀ ਹੋਵੇ ਔਰ ਬਾਈ ਦਾ ਪਹਿਲਾਂ ਘਰ ਦੇ ਹਾਲਾਤ ਐਵੇਂ ਦੇ ਸੀ ਔਰ ਉਤੋਂ ਹਨੇਰੀ ਝੱਖੜ ਨੇ ਬਾਈ ਦਾ ਸਾਰਾ ਘਰ ਤੱਕ ਉਡਾਤਾ ਛੱਤਾ ਤੱਕ ਉਡਾਤੀਆਂ 12 13 ਟਰਾਲੀਆਂ ਤੂੜੀ ਦੀਆਂ ਕਿਤੋਂ ਮੁੱਲ ਲੈ ਕੇ ਰੱਖਿਆ ਸੀ ਪਸ਼ੂਆਂ ਨੂੰ ਪਾਉਣ ਲਈ ਕਿ ਚਲੋ ਪਸ਼ੂਆਂ ਤੋਂ ਜਿਹੜਾ ਕੋਈ ਦੁੱਧ ਆਉਂਦਾ ਉਹਦੇ ਨਾਲ ਕੋਈ ਗੁਜ਼ਾਰਾ ਕਰਦਾ ਕਰਦੇ ਰੋਟੀ ਪਾਣੀ ਦਾ ਔਰ ਉਹਦੇ ਚੋਂ ਦੋ ਜਿਹੜੀਆਂ ਟਰਾਲੀਆਂ ਬਚੀਆਂ ਦੋ ਤਿੰਨ ਔਰ ਬਾਕੀ ਸਾਰੀਆਂ ਖੇਤਾਂ ਦੇ ਵਿੱਚ ਉੱਡ ਗਈਆਂ ਇੰਨਾ ਕੁ ਵਾਵਰੋਲ ਆਇਆ ਦੂਰ ਦੂਰ ਤੱਕ ਕਈ ਕਿल्ले ਦੂਰ ਤੱਕ ਸਮਾਨ ਜਿਹੜਾ ਉੱਡਿਆ ਪਿਆ ਔਰ ਬਾਈ ਦੀ ਮਦਦ ਜਰੂਰ ਕੀਤੀ ਜਾਵੇ ਜਿਹੜੀ ਵੀ ਸਮਾਜ ਸੇਵੀ ਲੋਕ ਇਸ ਵੀਡੀਓ ਨੂੰ ਦੇਖ ਰਿਹਾ ਜਿਹੜੇ ਵੀ ਵਿਅਕਤੀ ਦੇਖ ਰਹਾ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਦੂਜੀ ਗੱਲ ਬਾਈ ਦੀ رائے ਵੀ ਜਰੂਰ ਦਿਓ ਬਾਈ ਦਾ ਨੰਬਰ ਵੀ ਅਸੀਂ ਵਿੱਚ ਸਕਰੀਨ ਤੇ ਦੱਸ ਦਿੰਦੇ ਹਾਂ ਔਰ رائے ਵੀ ਜਰੂਰ ਦਿਓ ਕਿ ਆਖਰਕਾਰ ਕਿਸ ਜਗ੍ਹਾ ਤੋਂ ਬਾਈ ਦੀ ਲਤ ਬਚ ਸਕਦੇ ਔਰ ਕਿਹੜੇ-ਕਿਹੜੇ ਵਿਅਕਤੀ ਇਸ ਦੀ ਮਦਦ ਕਰ ਸਕਦੇ ਹਾਂ ਉਮੀਦ ਕਰਦੇ ਹਾਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਤੁਸੀਂ ਔਰ ਇਸ ਬਾਈ ਦੀ ਕੋਈ ਨਾ ਕੋਈ ਵੀਰ ਜਰੂਰ ਇਸ ਦੀ ਮਦਦ ਲਈ ਅੱਗੇ ਆਉਣਗੇ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੋਕ